ਬੀਤੇ ਦਿਨੀ ਭਾਰਤ ਪਾਕਿਸਤਾਨ ਦਰਮਿਆਨ ਸਰਹੱਦ ਦੇ ਅਖਨੂਰ ਸੈਕਟਰ ਤੇ ਬੀਐਸਐਫ ਦੀ 99ਵੀਂ ਬਟਾਲੀਅਨ ਦੇ ਜਵਾਨ ਕਮਲਜੀਤ ਸਿੰਘ ਨੇ ਦੇਸ਼ ਦੀ ਰੱਖਿਆ ਦੇ ਲਈ ਆਪਣਾ ਬਲੀਦਾਨ ਦਿੱਤਾ ਸੀ ਜਿਸ ਤੋਂ ਬਾਅਦ ਸ਼ਹੀਦ ਦੇ ਗਰੀਬ ਪਰਿਵਾਰ ਨੂੰ ਬਣਦੀ ਆਰਥਿਕ ਸਹਾਇਤਾ ਨਹੀਂ ਮਿਲੀ ਜਿਸ ਕਾਰਨ ਸ਼ਹੀਦ ਦੇ ਪਰਿਵਾਰ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਦੇ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ ਸ਼ਹੀਦ ਕਮਲਜੀਤ ਸਿੰਘ ਦੀ ਮਾਤਾ ਨਿਰਮਲ ਕੌਰ ਨੇ ਦੱਸਿਆ ਕਿ ਉਸ ਦੇ ਪੁੱਤਰ ਵੱਲੋਂ ਦੇਸ਼ ਲਈ ਸ਼ਹਾਦਤ ਦਿੱਤੀ ਗਈ ਪਰ ਉਸ ਤੋਂ ਬਾਅਦ ਕਿਸੇ ਵੀ ਰਾਜਨੀਤਿਕ ਆਗੂ ਵੱਲੋਂ ਉਹਨਾਂ ਦੀ ਸਾਰ ਨਹੀਂ ਲਈ ਗਈ ਹੈ ਅੰਤਮ ਸੰਸਕਾਰ ਤੇ ਮਹਿਕਮਾ ਪਹੁੰਚਿਆ ਬੀਐਸਐਫ ਪਹੁੰਚੀ ਆ ਬਾਕੀ ਇੱਕ ਦੋ ਮੇਰਾ ਖਿਆਲ ਮੁਲਾਜ਼ਮ ਇੱਥੋਂ ਪੁਲਿਸ ਦੇ ਪਹੁੰਚੇ ਹੋਰ ਕੋਈ ਨਹੀਂ ਪਹੁੰਚਿਆ ਮੰਗ ਇਹ ਕਰਦੇ ਹਾਂ ਅਸੀਂ ਵੀ ਕੋਈ ਵੀ ਦੇਸ਼ ਵਾਸਤੇ ਸ਼ਹੀਦ ਹੁੰਦਾ ਵਾ ਕੋਈ ਵੀ ਪੁੱਤ ਕਿਸੇ ਦਾ ਮਾਂ ਦਾ ਸ਼ਹੀਦ ਹੁੰਦਾ ਵਾ ਇਹਨਾਂ ਦਾ ਫਰਜ਼ ਬਣਦਾ ਆਣ ਕੇ ਘਰ ਨੂੰ ਹੌਸਲਾ ਘਰਦਿਆਂ ਨੂੰ ਹੌਸਲਾ ਬੱਚਿਆਂ ਨੂੰ ਹੌਸਲਾ ਹੌਸਲਾ ਵਧਾਈ ਕਰਨੀ ਚਾਹੀਦੀ ਆ